फिल्म 1 तरीक ਨੂੰ ਰਿਲੀਜ਼ ਹੋ ਰਹੀ ਹੈ ਚੇਤਾ ਸਿੰਘ ਜੀ ਤੇ ਇੱਕ ਭਰਾ ਦੀ ਕਹਾਣੀ ਹੈ ਜਿਹੜਾ ਆਪਦੀ ਭੈਣ ਨੂੰ ਪੜਾ ਲਿਖਾ ਕੇ ਅਫਸਰ ਬਣਾਉਣਾ ਚਾਹੁੰਦਾ ਤੇ ਉਹਨੂੰ ਕੀ ਕੀ ਦਿੱਕਤਾਂ ਆਉਂਦੀਆਂ ਨਹੀਂ ਥੋੜਾ ਚੋਰ ਸਮਾਜ ਦੇ ਵਿੱਚ ਜਿਹੜਾ ਆਪਾਂ ਨੂੰ ਗਲਤ ਅਨਸਰ ਹੈ ਉਹਨਾਂ ਨਾਲ ਉਹ ਕਿਵੇਂ ਨਿਬੜਦਾ ਇਹ ਫਿਲਮ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਮੇਰੇ ਕਰੈਕਟਰ ਦਾ ਨਾਮ ਇਹਦੇ ਵਿੱਚ ਪਾਲਾ ਹੈ ਤੇ ਪਾਲਾ ਚੇਤਾ ਸਿੰਘ ਕਿਵੇਂ ਬਣਦਾ ਇਹ ਜਰਨੀ ਹੈ ਜਿਹੜੀ ਉਹ ਆਪਣੀ ਫਿਲਮ ਹੈ ਉਹ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀ ਆ 1 ਸਪਤੰਬਰ ਨੂੰ ਇਹ ਤਕਰੀਬਨ 10 ਕੰਟਰੀਆਂ 'ਚ ਰਿਲੀਜ਼ ਹੋ ਰਹੀ ਹੈ ਪਾਕਿਸਤਾਨ ਵੀ ਹੋ ਰਹੀ ਹੈ ਰਿਲੀਜ਼ ਔਰ ਸਾਨੂੰ ਚੰਗਾ ਲੱਗ ਰਿਹਾ ਕਿ ਵਰਲਡਵਾਈਡ ਸਾਡਾ ਆਪਣਾ ਪੰਜਾਬੀ ਸਿਨੇਮਾ ਉਹ ਜਿਹੜਾ ਜਾ ਰਿਹਾ ਔਰ ਇਹ ਤੁਹਾਨੂੰ ਟ੍ਰੇਲਰ ਦੇਖ ਕੇ ਵੀ ਪਤਾ ਲੱਗ ਗਿਆ ਹੋਊਗਾ ਵੀ ਇਹ ਥੋੜ੍ਹਾ ਜਿਹਾ ਐਕਸਪੈਰੀਮੈਂਟ ਮੰਨ ਲਓ ਜਾਂ ਕੁਛ ਅਲੱਗ ਮੰਨ ਲਓ ਵੀ ਇਹਦੇ 'ਚ ਥੋੜ੍ਹਾ ਜਿਹਾ ਹੱਟ ਕੇ ਕੁਛ ਕਰਨ ਦੀ ਕੀਤੀ ਹੈ ਕੋਸ਼ਿਸ਼ ਔਰ ਜਿਵੇਂ ਆਪਾਂ ਹੋਲੀਵੁੱਡ ਬੋਲੀਵੁੱਡ ਜਾਂ ਜਿਵੇਂ ਸਾਊਥ ਵਾਲੇ ਆ ਉਹਨਾਂ ਦਾ ਮਾਹੌਲ ਹੈ ਆਪਣੇ ਜਿਵੇਂ ਵੀ ਇੱਕ ਜੋ ਸਬਜੈਕਟ ਚੱਲਦੇ ਪਏ ਸੀ ਉਹਨਾਂ ਤੋਂ ਥੋੜ੍ਹਾ ਜਿਹਾ ਲੱਗੀ ਤੋਂ ਹਟ ਕੇ ਅਤੇ ਭਾਅ ਜੀ ਲਗਾਤਾਰ ਫਿਲਮਾਂ ਪੰਜਾਬੀ ਬਣਦੀਆਂ ਨੇ ਬਹੁਤ ਮਤਲਬ ਕ੍ਰੇਜ਼ ਹੋ ਗਿਆ ਇਸ ਟਾਈਮ 100-100 ਕਰੋੜ ਤੱਕ ਪਹੁੰਚ ਗਈ ਵਾਹਿਗੁਰੂ ਕਿਸ ਤਰ੍ਹਾਂ ਦੇਖਦੇ ਚੰਗਾ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਵੀ ਕੈਰੀਅਨ ਜੱਟਾ ਜਿਵੇਂ 100 ਕਰੋੜ ਕਰ ਗਈ ਬਹੁਤ ਖੁਸ਼ੀ ਹੁੰਦੀ ਜਿਵੇਂ ਮੌਲਾ ਜੱਟ ਨੇ 200 ਕਰੋੜ ਕ੍ਰੋਸ ਕੀਤਾ ਸੀਗਾ ਸੀ ਤਾਂ ਭਾਸ਼ਾ ਤਾਂ ਪੰਜਾਬੀ ਸੀ ਅਤੇ ਉਦੋਂ ਹੌਂਸਲੇ ਬੁਲੰਦ ਹੋ ਗਏ ਫਿਰ ਸਾਰੇ ਜਾਣੇ ਲੱਗੇ ਹੋਏ ਵਾਹਿਗੁਰੂ ਤਰੱਕੀਆਂ ਸਾਰੇ ਸਾਡੀ ਫਿਲਮ ਇੰਡਸਟਰੀ ਨੂੰ ਜਿੰਨੇ ਵੀ ਪੰਜਾਬੀ ਬੋਲੀ ਦੀ ਜਿਸ ਤਰੀਕੇ ਨਾਲ ਵੀ ਸੇਵਾ ਕਰਦੇ ਆ ਜਿਵੇਂ ਤੁਸੀਂ ਵੀ ਸਾਰੇ ਜਾਣੇ ਸੇਵਾ ਕਰਦੇ ਮੀਡੀਆ ਸੇਵਾ ਕਰਦਾ ਵਾਹਿਗੁਰੂ ਸਾਰੇ ਕਿਸ ਕੰਟੈਂਟ ਦੀ ਜੀ ਫਿਲਮ ਬਣੀ ਆ ਕਿਹੜੇ ਕਿਹੜੇ ਪਾਸੇ ਦੀ ਸ਼ੂਟਿੰਗ ਹੋਈ ਆ ਔਰ ਅੰਮ੍ਰਿਤਸਰ ਸਾਹਿਬ ਦੀ ਸ਼ੂਟਿੰਗ ਹੋਈ ਹੈ ਜੀ ਅਤੇ ਬਾਕੀ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂ ਕੋਈ ਖਾਸ ਡਾਇਲੋਗ ਆਪਣਾ ਡਾਇਲੋਗ ਕਹਿੰਦਾ ਜਦੋਂ ਜ਼ਮੀਨ ਦਾ ਇੰਤਕਾਲ ਹੁੰਦਾ ਤਾਂ ਉਹ ਬੰਦੇ ਦੇ ਨਾਂ ਹੋ ਜਾਂਦੀ ਆ ਅਤੇ ਜਦੋਂ ਬੰਦੇ ਦਾ ਇੰਤਕਾਲ ਹੁੰਦਾ ਉਹ ਜ਼ਮੀਨ ਦੇ ਨਾਂ ਕੀ ਕੁਛ ਮਤਲਬ ਮੈਸੇਜ ਮਿਲੂਗਾ ਯੂਥ ਨੂੰ ਮੈਸੇਜ ਮਿਲੂਗਾ ਬਿਲਕੁਲ ਜੀ ਮੈਸੇਜ ਜਿਹੜਾ ਹੈ ਆਪਾਂ ਕਿਉਂ ਇਹ ਸੋਚਦੇ ਹਾਂ ਵੀ ਯੂਥ ਨੂੰ ਹੀ ਮੈਸੇਜ ਮਿਲੂਗਾ ਬੱਚਿਆਂ ਨੂੰ ਵੀ ਮਿਲੂਗਾ ਵੱਡਿਆਂ ਨੂੰ ਵੀ ਮਿਲੂਗਾ ਬਜ਼ੁਰਗਾਂ ਨੂੰ ਵੀ ਮਿਲੂਗਾ ਸਾਡੀ ਫਿਲਮ 'ਚ ਇੱਕ ਹੈਗਾ ਬੰਦਾ ਜਿਹੜਾ ਮਿਲਣਾ ਉਹ 65-70 ਸਾਲ ਦਾ ਉਹ ਜ਼ਮੀਨ ਨੱਪਣ ਨੂੰ ਫਿਰਦਾ ਅਤੇ 65-70 ਸਾਲ ਦੇ ਬੰਦਿਆਂ ਨੂੰ ਵੀ ਮਿਲੂਗਾ ਵੀ ਜ਼ਮੀਨ ਨੱਪਣੀ ਚਾਹੀਦੀ ਹੈ ਸ਼ਾਮਲਾਟ ਪਿੰਡ ਵਾਲੀ ਜਾਂ ਨਹੀਂ ਸ਼ਮਸ਼ਾਨ ਘਾਟ ਵਾਲੀ ਜਾਂ ਨਹੀਂ ਸਿਰਫ ਯੂਥ ਲਈ ਆਪਾਂ ਨੂੰ ਲੱਗਦਾ ਪਤਾ ਨਹੀਂ ਇਕੱਲਾ ਯੂਥ ਹੀ ਰੋਂਗ ਹੁੰਦਾ ਸਾਰੇ ਹੀ ਰੋਂਗ ਹੁੰਦੇ ਨਹੀਂ ਉਹ ਜਿਹੜਾ ਫਿਲਮ ਦੇਖ ਕੇ ਪਤਾ ਲੱਗੋ ਇੰਨੀਆਂ ਵਿਚਾਰੇ ਪ੍ਰੋਡਿਊਸਰਾਂ ਨੇ ਪੈਸੇ ਮੈਂ ਤੁਹਾਨੂੰ ਪਹਿਲਾਂ ਚਲੋ ਆਵਾਜ਼ ਆਈ ਕਿ ਨਹੀਂ ਆਈ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਲੁਧਿਆਣੇ ਨਾਲ 98 ਦਾ ਪਿਆਰ ਹੈ ਮੇਰੀ ਰੈਡੀਮੇਡ ਦਾ ਸ਼ੌਪ ਹੁੰਦਾ ਸੀ ਪੰਡਤ ਹੋਊਗਾ ਮਾਰਕੀਟ ਮਾਰਕੀਟ ਇੱਥੇ ਸੀ ਮਾਰਕੀਟ ਇੱਥੇ ਆਉਂਦਾ ਸੀ ਦਫ਼ਤਰ ਗਿਆ ਸੀ ਪ੍ਰੀਤ ਭਾਈ ਮੇਰਾ ਜੀ ਕਾਲਗੜ ਮਾਰਕੀਟ 'ਚ ਪੱਪੂ ਹੁੰਦਾ ਸੀ ਅੱਜ ਕੱਲ੍ਹ ਉਹ ਬੰਗਲੌਰ ਹੈ ਫੈਸ਼ਨ ਹਾਰਟ ਪਰਸਨੈਲਿਟੀ ਵਾਲੇ ਦੋ ਭਰਾ ਹੁੰਦੇ ਸੀ ਜਿੰਦਲ ਹੈ ਆਪਣੇ ਹੁਣ ਇੱਥੇ ਬੈਲਟਾਂ ਵਗੈਰਾ ਦਾ ਕੰਮ ਸੀ ਮਾਰਕੀਟ 'ਚ ਉਦੋਂ ਉਹਦੇ ਬੈਲਟ ਅਤੇ ਬਟੂਏ ਦਾ ਹੀ ਕੰਮ ਕਰਦਾ ਸੀ ਅਤੇ ਇੱਕ ਪਿੱਛੇ ਜੇ ਮੈਂ ਗੇੜਾ ਲਾ ਤਾਂ ਉੱਥੇ ਕਲਚਰ ਵਾਲਾ ਮੁੰਡਾ ਹੈ ਉਹਦੀ ਸ਼ੌਪ ਦਾ ਨਾਂ ਉੱਥੇ ਅਰੋੜਾ ਵਾਲੇ ਸੀ ਮੈਂ ਇੱਥੇ ਫਿਰਦਾ ਹੀ ਰਹਿੰਦਾ ਸੀ ਮੈਨੂੰ ਬੜਾ ਚੰਗਾ ਲੱਗਦਾ ਮੈਂ ਇੱਥੇ ਲਾਜ਼ਮੀ ਆਉਣਾ ਹੁੰਦਾ ਕੱਪੜੇ 'ਚ ਕਮਾਈ ਘੱਟ ਹੁੰਦੀ ਫਿਲਮਾਂ ਜ਼ਿਆਦਾ ਹੁੰਦੀਆਂ ਨਹੀਂ ਇਹ ਤਾਂ ਸੋਚ ਆ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਦੇਖੋ ਮੀਡੀਆ ਦਾ ਇਹ ਜ਼ਿੰਮੇਵਾਰੀ ਕਰਦੇ ਆ ਇਹਦੇ 'ਚ ਪੈਸੇ ਪੂਸੇ ਤਾਂ ਨਹੀਂ ਹੁੰਦੇ ਪਰ ਇਹ ਅੰਦਰੋਂ ਜਨੂੰਨ ਹੈ ਨਾ ਜਿਹੜਾ ਜੋਸ਼ ਹੈ ਉਹ ਕਰਾਉਂਦਾ ਨਹੀਂ ਤੁਸੀਂ ਹੱਕ ਸੱਚ ਦੀ ਗੱਲ ਕਰਨ ਵਾਲੇ ਹੁੰਦੇ ਸਭ ਤੋਂ ਜ਼ਿਆਦਾ ਪ੍ਰੋਬਲਮ ਪੱਤਰਕਾਰ ਭਾਈਚਾਰੇ ਨੂੰ ਕਿਉਂਕਿ ਝੂਠ ਦੇਖਿਆ ਨਹੀਂ ਜਾਂਦਾ ਸੱਚੀ ਖਬਰ ਲਾਉਣੀ ਆ ਅਤੇ ਉਹਦੇ 'ਚ ਸੱਚ ਬੋਲਣਾ ਤਾਂ ਪੰਗਾ ਪੈਣਾ ਹੀ ਪੈਣਾ ਇਸ ਕਰਕੇ ਜਨੂੰਨ ਹੀ ਹੈ ਉਹਦੇ 'ਚ ਵੀ ਸੀ ਜੇ ਮੈਂ ਪੈਸੇ ਪਿੱਛੇ ਕੰਮ ਕਰਨਾ ਹੁੰਦਾ ਫਿਰ ਮੈਂ ਦੁਕਾਨ 'ਚ ਹੀ ਰਹਿੰਦਾ ਮੈਨੂੰ ਇਹਦੇ 'ਚ ਵੀ ਕਾਫੀ ਟਾਈਮ ਹੋ ਗਿਆ ਮੈਂ ਅੱਜ ਹੀ ਨਹੀਂ ਇਹਦੇ 'ਚ ਆ ਗਿਆ ਮੈਂ ਇੱਕ ਦੋ ਦੋ ਸੀਨ ਵੀ ਕਰਦਾ ਪਰ ਅੰਦਰ ਜਿਹੜੀ ਚੁੱਲ ਮੱਚੀ ਹੋਈ ਸੀ ਇੱਧਰ ਵੀ ਇਹਦੇ ਫਿਲਮਾਂ ਜਾਣ ਸਗੋਂ ਫਿਰ ਉਹ ਪੈਸੇ ਤੋਂ ਇੱਧਰ ਹੋ ਗਏ ਬਾਕੀ ਦੂਜੀ ਗੱਲ ਹੈ ਜਦੋਂ ਅਸੀਂ ਪੈਸੇ ਪਿੱਛੇ ਭੱਜਦੇ ਹਾਂ ਪੈਸਾ ਸਾਡੇ ਤੋਂ ਭੱਜਦਾ ਜਦੋਂ ਅਸੀਂ ਕੰਮ ਕਰਦੇ ਹਾਂ ਨਾ ਕੰਮ ਪਿੱਛੇ ਭੱਜਦੇ ਹਾਂ ਫਿਰ ਪੈਸਾ ਸਾਡੇ ਪਿੱਛੇ ਭੱਜ ਜਾਂਦਾ ਪੁਲਿਸ ਆਫਿਸਰ ਦਾ ਜਿਹੜਾ ਕਿਰਦਾਰ ਉਹ ਮੈਂ ਨਿਭਾ ਰਹੀ ਹਾਂ ਇਹਦੇ ਵਿੱਚ ਅਤੇ ਆਈ ਫੀਲ ਵੈਰੀ ਲੱਕੀ ਵੈਰੀ ਬਲੈਸਡ ਕਿ ਇਹ ਰੋਲ ਮੇਰੇ ਹਿੱਸੇ ਆਇਆ
एक पुलिस ऑफिसर दा और जो मैं यूनिफॉर्म पहनी सी पहली बारी कि जो भी पहनते सीगे सैट ते तो यही लगता सीगा कि बहुत वड्डी रिस्पोंसिबिलिटी मेरे मोढ़िया ते आ गई आ जिहड़ी कि मैनू यू नो पूरी करनी होएगी फिल्म दे विच सो सुधार लैके आना लोगों के समाज के तो बाकी प्रिंस जी के कैरेक्टर के नाल जो भी साडा है इंटरैक्शन आ वो तो तुहानू पता लगेगा कि की सुधार आया तो की नहीं ये फिल्म देखने तो बाद ही पता चलेगा बट कोशिश यही सी फिल्म च सारे ठीक करना है सो चेता सिंह आ रही है 1 सितंबर लुधियाने बारे ये सब मैं लगता ऑलमोस्ट सारे पता ही होगा कि मिस वर्ल्ड पंजाबण मैं इतों जितया सो ये धरती मेरे लिए बहुत आई फील ब्लैसड कि मैं इस धरती तो अपना पहली जी शुरुआत वो इतों की सो साडे सभ्याचारक साथ के चेयरमैन है सरदार जसबीर सिंह ढाडी जिन्होंने करवाया जितों मैं लगता कि मेरा जोड़ा सफ़र है शुरू होया सो मिस वर्ल्ड पंजाबन तो लैके अज चेता सिंह तक सो ते सारे का साथ रहा ये शहर वाल पंजाब वाल सारे पंजाबियों का देश भर च विदेशों के भी सो मैं बहुत बहुत धन्यवाद मैं गिनी नहीं जी तुम दस्यो मैं बस काम करती हाँ तो काम करके तो अगले काम पर जुट जाइए आ कभी गिणिया नहीं और ना ही मैं चाहनी हाँ कि मैं गिणा क्योंकि मैं हमेशा क्वालिटी ली जाती हूँ मैं क्वानटिटी के पई नहीं कि मैं इनिया कर लिया इस साल 10-12 कर लिया इस साल 3-4 कर लिया जिन्या हो गई जिनी मेहनत हो सकी मैं करूँगी चाहे वह एक हो साल की फिल्म चाहे वह 5 फिल्मा हो बट कोशिश मेरी ही होंगी है कि क्वालिटी को तरजीह दी जाए रादर दैन क्वानटिटी एक्सपीरियंस की रहा जी फिल्म इस फिल्म नू लैके एक्सपीरियंस बहुत वधिया रहा क्योंकि सारे डरते सी जदों मैं यूनिफॉर्म पा लैंदी सी उहनां नू कईआं नू लगता सी पब्लिक दे विच कि ये रियल पुलिस वाली आ है ना सो बड़ा लुधियाने हमेशा ही सारी मूवी की प्रमोशन गढ़ कह दें भी एक गढ़ा जो है जिथो बहुत इंपॉर्टेंट है किसी भी प्रोजेक्ट में जाके प्रमोट करना बिकॉज अगेन मीडिया इतने बहुत स्ट्रोंग है एंड साड़ी मूवी आ रही है जिमें कि सर ने दसिया भी चेता सिंह 1 सितंबर नू जाके देखियो दस्यो कि लगी मेरा रोल ये जो पाले का कैरेक्टर है जो पहला फेज दिखाया गया मूवी का वो असी दोस्त होंने जिमें उन्होंने लिटरेचर का बहुत शौक होंगे मैं एक आंगनवाड़ी की टीचर दिखाई हुई हाँ मैं बच्चों उत्थे फ्री च पढ़ानी हाँ छोटे बच्चों मैनू किताबा वंडन का बहुत शौक है मैनू ये होंगे कि हर बच्चा एजुकेट होए ता करके उन्हां दोनों की जिहड़ी दोस्ती दिखाई गई है चाहे पाले की गल की जाती है भी जिसे पाले ने एक बुक फेयर मतलब बुक की सीगा सर पुस्तक मेला एक लाया हुंदा है उन्हां दी ओह जिहियां गल्लां ओह जे विचार एक दूजे दे नाल शेयर करने एक बहुत प्यारी दोस्ती दिखाई गई है ते बाकी तुसी चेता सिंह देखोगे उदों देखो आंगनवाड़ी तुसी टीचर सीगे फ्री पढ़ांदे हां मैं उत्थे आपदी मर्जी दे नाल बच्चों नूं पढ़ांदी तां ही आंगनवाड़ी हद तक धरने लाई जांदे ਸਾਡੇ ਚ ਮੈਡਮ ਹੈ ਬਲਜਿੰਦਰ ਮੈਡਮ ਇਹ ਨਾ ਤੁਸੀਂ ਪਹਿਲਾਂ ਬਹੁਤ ਅੱਜ ਕੱਲ੍ਹ ਇਹਨਾਂ ਦਾ ਬੂਹੇ ਬਾਰੀਆਂ ਦਾ ਆਉਂਦਾ ਪਿਆ ਉਹਦੇ 'ਚ ਕਹਿੰਦੇ ਨਾ ਵੀ ਤਕਲਾ ਸੰਘ 'ਚ ਨੰਬਰ ਵਾਲੀ ਕਰੈਕਟਰ ਇਹਨਾਂ ਨੇ ਕੀਤਾ ਕਾਫੀ ਫਿਲਮ ਕੀਤੇ ਇਹ ਚੰਗੀ ਗੱਲ ਦੱਸਦੇ ਵੀ ਇਹ ਨੈਸ਼ਨਲ ਅਵਾਰਡ